This is Brand Max Network India and you are watching News India Now. ਅਸੀਂ ਅੱਜ ਆਪਣਾ ਆਮ ਸੰਸਕ੍ਰਿਤੀ ਕਲੱਬ ਖੋਲ੍ਹਿਆ ਆ, ਜੋ ਕਿ ਅੱਜ ਓਪਨਿੰਗ ਹੋਈ ਆ ਅਤੇ ਬੇਰੀ ਸਾਹਿਬ ਐਮਐਲਏ ਬੇਰੀ ਸਾਹਿਬ ਅਤੇ ਇਹਦੇ ਵਿੱਚ ਆਪਾਂ ਪ੍ਰੋਵਾਈਡ ਕਰਦਾ ਹੈ, ਜਿੱਦਾਂ ਮਤਲਬ ਲੇਡੀਜ਼ ਬਾਊਂਸਰ ਵੀ ਪ੍ਰੋਵਾਈਡ ਕਰਦੇ ਆ, ਪਰਸਨਲ ਬੋਡੀਗਾਰਡ ਹੋਏ, ਕਲੱਬ ਬਾਊਂਸਰ ਹੋਏ ਅਤੇ ਸ਼ੋਪਿੰਗ ਮਾਲ ਹੋ ਗਏ, ਮਤਲਬ ਹਰ ਤਰੀਕੇ ਦੀ ਆਪਾਂ ਸਿਕਿਉਰਟੀ ਦਿੰਦੇ ਹਾਂ, ਬਾਊਂਸਰ ਦਿੰਦੇ ਹਾਂ, ਪ੍ਰਾਈਵੇਟ ਸਿਕਿਉਰਟੀ, ਕੋਈ ਵੀ ਫੰਕਸ਼ਨ ਜਿੱਦਾਂ ਫੈਮਲੀ ਮੈਰਿਜ ਵਗੈਰਾ ਉਹ ਬਾਊਂਸਰ ਪ੍ਰੋਵਾਈਡ ਕਰੀਦੇ ਆ। ਆਫਿਸ ਕਿੱਥੇ ਖੋਲ੍ਹਿਆ ਗਿਆ ਸਰ, ਕਿਹੜੀ ਜਗ੍ਹਾ 'ਤੇ? ਸਰ ਅਸੀਂ ਖੋਲ੍ਹਿਆ ਗਿਆ ਕਚਹਿਰੀ ਚੌਂਕ ਨੀਅਰ ਭਲਵਾਨ ਦੇ ਰਾਹ। ਹਾਂਜੀ ਸਰ, ਮੈਂ ਮਨਮੋਹਨ ਸਿੰਘ ਰਾਜੂ, ਕੌਂਸਲਰ ਵਾਰਡ ਨੰਬਰ 16 ਜਲੰਧਰ ਤੋਂ। ਅੱਜ ਆਰਮ ਸਟਰੋਂਗ ਸਿਕਿਉਰਿਟੀ ਦਾ ਜਿਹੜਾ ਆਫਿਸ ਖੁੱਲ੍ਹਿਆ ਵੇ, ਸ਼੍ਰੀ ਬਲਰਾਜ ਸਿੰਘ ਔਲਖੀ ਨੇ ਜਿਹੜੇ ਇਹਦੇ ਐਮ ਡੀ ਹੈ, ਅੱਜ ਆਫਿਸ ਖੋਲ੍ਹ ਕੇ ਜਿਹੜਾ ਰਜਿੰਦਰ ਬੇਰੀ ਸਾਹਿਬ ਸਾਡੇ ਐਮ ਐਲ ਏ ਸਾਹਿਬ ਇਸ ਆਫਿਸ ਦਾ ਉਦਘਾਟਨ ਕਰਕੇ ਗਏ ਨੇ। ਮੈਂ ਇਸ ਸਿਕਿਉਰਟੀ ਆਫਿਸ ਵਾਲਿਆਂ ਨੂੰ, ਬਲਰਾਜ ਠਾਕਰ ਜੀ ਨੂੰ, ਜਿੰਨੇ ਵੀ ਇਹਨਾਂ ਦੇ ਟੋਟਲ ਸਟਾਫ ਮੈਂਬਰ ਹੈ, ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਦੁਆ ਕਰਦਾ ਵੇ ਕਿ ਸ਼ਹਿਰ ਨੂੰ ਵਧੀਆ ਸਿਕਿਉਰਟੀ, ਸਾਫ਼ ਸੁਥਰੀ ਸਿਕਿਉਰਟੀ ਦੇਣ ਦੇ ਵਾਸਤੇ ਇਹ ਆਪਣੀ ਸ਼ਹਿਰ ਦੇ ਵਿੱਚ ਇੱਕ ਵਧੀਆ ਭੂਮਿਕਾ ਅਦਾ ਕਰਨਗੇ ਅਤੇ ਮੈਂ ਵਾਹਿਗੁਰੂ ਵਿੱਚ ਮੈਂ ਬੇਨਤੀ ਕਰਾਂਗਾ ਕਿ ਪਰਮਾਤਮਾ ਇਹਨਾਂ ਦੇ ਕੰਮਾਂ ਨੂੰ ਵਧਾਵੇ ਅਤੇ ਸਾਡੇ ਸ਼ਹਿਰ ਨੂੰ ਜਿੰਨਾ ਵੀ ਸਿਕਿਉਰ ਕਰ ਸਕਣ, ਉਹਨਾਂ ਵੱਧ ਤੋਂ ਵੱਧ ਸਿਕਿਉਰਟੀ ਕਰਕੇ ਸਿਕਿਉਰ ਕਰਨ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। Hey there, subscribe to my channel and also press this bell icon so you never miss any new updates, cause whenever we upload new video you will get a notification on your phone.